ਪੰਜਾਬ ਬੀਜੇਪੀ ਤੋਂ ਬਾਅਦ ਚੰਡੀਗੜ੍ਹ ਬੀਜੇਪੀ ਦਾ ਅਧਿਅਕਸ਼ ਵੀ ਜਿਹੜਾ ਕੇਂਦਰ ਬੀਜੇਪੀ ਨੇ ਚੇਂਜ ਕਰ ਦਿੱਤਾ। ਅਰੁਣ ਸੂਦ ਦੀ ਜਗ੍ਹਾ ਜਤਿੰਦਰ ਪਾਲ ਮਲਹੋਤਰਾ ਨੂੰ ਚੰਡੀਗੜ੍ਹ ਬੀਜੇਪੀ ਦਾ ਨਵਾਂ ਅਧਿਅਕਸ਼ ਜਿਹੜਾ ਨਿਯੁਕਤ ਕੀਤਾ ਗਿਆ। ਸਾਡੇ ਨਾਲ ਅਰੁਣ ਸੂਦ ਜੀ ਆ, ਉਹਨਾਂ ਤੋਂ ਜਾਣਦੇ ਹਾਂ ਵੀ ਕੀ ਕਾਰਨ ਰਹੇ, ਕੀ ਮਜਬੂਰੀਆਂ ਰਹੀਆਂ ਕਿ ਲੋਕ ਸਭਾ ਚੁਣਾਵ ਦੇ ਇਮੀਡੀਏਟ ਪਹਿਲਾਂ ਜਿਹੜਾ ਅਧਿਅਕਸ਼ ਜਿਹੜਾ ਉਹ ਚੇਂਜ ਕਰਨਾ ਪਿਆ। ਸਰ, ਪਾਰਟੀ ਦੀਆਂ ਕਿਹੜੀਆਂ ਮਜਬੂਰੀਆਂ ਰਹੀਆਂ ਕਿ ਲੋਕ ਸਭਾ ਚੁਣਾਵ ਦੇ ਇੰਨੇ ਨਜ਼ਦੀਕ ਜਾ ਕੇ ਉਹਨਾਂ ਨੂੰ ਆਪਣਾ ਅਧਿਅਕਸ਼ ਬਦਲਣਾ ਪਿਆ? ਪਾਰਟੀ ਦੀ ਕੋਈ ਮਜਬੂਰੀ ਨਹੀਂ ਹੈ ਜੀ। ਭਾਰਤੀ ਜਨਤਾ ਪਾਰਟੀ ਇੱਕ ਮਜ਼ਬੂਤ ਪਾਰਟੀ ਹੈ, ਇੱਕ ਲੋਕਤਾਂਤਰਿਕ ਪਾਰਟੀ ਹੈ। ਪਾਰਟੀ ਦਾ ਕੌਨਸਟੀਟਿਊਸ਼ਨ ਔਰ ਪਾਰਟੀ ਕੌਨਸਟੀਟਿਊਸ਼ਨ ਦੇ ਨਾਲ ਚੱਲਦੀ ਹੈ। ਸਾਡੇ ਪਾਰਟੀ ਕੌਨਸਟੀਟਿਊਸ਼ਨ ਦੇ ਮੁਤਾਬਿਕ ਜਿਹੜਾ ਹੈਗਾ, ਇੱਕ ਸਟੇਟ ਦਾ ਜਿਹੜਾ ਅਧਿਅਕਸ਼ ਆ ਉਹਦਾ ਕਾਰਿਆਕਾਲ 3 ਸਾਲ ਦਾ। 17 ਜਨਵਰੀ 2000 ਨੂੰ ਮੈਨੂੰ ਪਾਰਟੀ ਨੇ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਸੀ ਔਰ 17 ਜਨਵਰੀ 2023 ਦੇ ਵਿੱਚ ਮੇਰਾ ਇਹ ਟਰਮ ਪੂਰੀ ਹੋ ਗਈ ਸੀ। ਉਸ ਤੋਂ ਬਾਅਦ ਪਾਰਟੀ ਇਸ ਗੱਲ 'ਤੇ ਵਿਚਾਰ ਕਰ ਰਹੀ ਸੀ ਕਿ ਨਏ ਅਧਿਅਕਸ਼ ਕੌਣ ਹੋਣਗੇ। ਉਹਦੇ ਵਿੱਚ 9 ਮਹੀਨੇ ਦਾ ਵਕਫਾ ਜਿਹੜਾ ਹੈ ਲੱਗਿਆ ਔਰ ਪਾਰਟੀ ਨੇ ਅੱਜ ਤੱਕ ਮੈਨੂੰ, ਪਾਰਟੀ ਨੇ 2 ਵਾਰੀ ਕੌਂਸਲਰ ਬਣਾਇਆ, ਪਾਰਟੀ ਨੇ ਮੈਨੂੰ ਪ੍ਰਦੇਸ਼ ਦਾ ਸਚਿਵ ਬਣਾਇਆ, ਉਸ ਤੋਂ ਬਾਅਦ ਪ੍ਰਦੇਸ਼ ਦਾ ਮਹਾਂਸਚਿਵ ਬਣਾਇਆ, ਸ਼ਹਿਰ ਦਾ ਮੇਅਰ ਬਣਾਇਆ, ਪਾਰਟੀ ਦਾ ਅਧਿਅਕਸ਼ ਬਣਾਇਆ ਔਰ ਪਾਰਟੀ ਦੇ ਇੱਕ ਕਾਰਿਆਕਰਤਾ ਦੇ ਨਾਤੇ ਇਹ ਪਾਰਟੀ ਦਾ ਜਿਹੜਾ ਲੋਕਤੰਤਰ ਦੀ ਪ੍ਰਕਿਰਿਆ ਹੈ ਜਿਹਦੇ ਤਹਿਤ ਜਿਹੜਾ ਹੈਗਾ ਉਹ ਮੇਰੇ ਕਾਰਿਆਕਾਲ ਪੂਰੇ ਹੋਣ ਤੋਂ ਬਾਅਦ ਜਤਿੰਦਰ ਪਾਲ ਮਲਹੋਤਰਾ ਜੀ, ਜਿਹੜੇ ਸਾਡੇ ਪਾਰਟੀ ਦੇ ਇੱਕ ਸੀਨੀਅਰ ਨੇਤਾ ਨੇ ਔਰ ਪਾਰਟੀ ਦੇ ਇੱਕ ਡਿਸਟ੍ਰਿਕਟ ਪ੍ਰੈਜ਼ੀਡੈਂਟ ਦੇ ਨਾਤੇ ਕੰਮ ਕਰ ਰਹੇ ਨੇ, ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹਦੇ ਵਿੱਚ ਕੋਈ ਮਜਬੂਰੀ ਔਰ ਕਿਸੇ ਪ੍ਰਕਾਰ ਦੀ ਕੋਈ ਇਸ ਤਰੀਕੇ ਦੀ ਕੋਈ ਗੱਲ ਨਹੀਂ ਹੈ। ਇਹ ਪਾਰਟੀ ਦੀ ਅੰਦਰੂਨੀ ਜਿਹੜੀ ਹੈ ਲੋਕਤੰਤਰਿਕ ਪ੍ਰਕਿਰਿਆ ਹੈ। ਸਰ, ਮੈਨੂੰ ਗੱਲ ਤੁਹਾਡੀ ਸਮਝ ਨਹੀਂ ਆ ਰਹੀ। ਤੁਸੀਂ ਕਹਿ ਰਹੇ ਹੋ ਇਹ ਪਾਰਟੀ ਜਿਹੜੀ ਆ ਲੋਕਤੰਤਰਿਕ ਪਾਰਟੀ ਹੈਗੀ ਆ, ਲੋਕਤੰਤਰਿਕ ਜਿਹੜੇ ਨਿਯਮ ਹੈਗੇ ਆ, ਕਾਇਦੇ ਹੈਗੇ ਆ, ਉਹਨਾਂ ਨੂੰ ਮੰਨਣ ਵਾਲੀ ਪਾਰਟੀ ਆ। ਫਿਰ ਕੀ ਰੀਜ਼ਨ ਰਿਹਾ ਵੀ ਪ੍ਰਧਾਨ ਦੇ ਕੋਈ ਚੁਣਾਵ ਨਹੀਂ ਹੋਏ, ਕਿਸੇ ਤਰ੍ਹਾਂ ਦੀ ਕੋਈ ਚਰਚਾ ਨਹੀਂ ਹੋਈ, ਇਮੀਡੀਏਟ ਇੱਕ ਆਰਡਰ ਉੱਪਰੋਂ ਆਉਂਦੇ ਆ ਔਰ ਉਹ ਜਿਹੜੇ ਆ ਤਮੀਲ ਹੋ ਜਾਂਦੇ ਆ? ਪਾਰਟੀ ਦੇ ਚੁਣਾਵ ਹੁੰਦੇ ਆ ਜੀ ਹਰ 3 ਸਾਲ ਬਾਅਦ। ਉਹਦੀ ਪ੍ਰਕਿਰਿਆ ਹੁੰਦੀ ਹੈ, ਸਭ ਨਾਲੋਂ ਪਹਿਲਾਂ ਸਾਡੇ ਬੂਥ ਸਮਿਤੀਆਂ ਦੇ ਚੁਣਾਵ ਹੁੰਦੇ ਆ, ਫਿਰ ਮੰਡਲਾਂ ਦੇ ਚੁਣਾਵ ਹੁੰਦੇ ਆ, ਉਸ ਤੋਂ ਬਾਅਦ ਡਿਸਟ੍ਰਿਕਟ ਦੇ ਚੁਣਾਵ ਹੁੰਦੇ ਆ, ਪ੍ਰਦੇਸ਼ਾਂ ਦੇ, ਪ੍ਰਦੇਸ਼ ਤੋਂ ਬਾਅਦ ਰਾਸ਼ਟਰੀ ਅਧਿਅਕਸ਼ ਦਾ ਚੁਣਾਵ ਹੁੰਦਾ। ਇਹ ਪ੍ਰਕਿਰਿਆ ਜਿਹੜੀ ਹੈਗੀ, ਜਦੋਂ ਨੱਡਾ ਜੀ 19 ਜਨਵਰੀ 2000 ਦੇ ਵਿੱਚ ਬਣੇ ਸੀ ਉਦੋਂ ਪੂਰੀ ਪ੍ਰਕਿਰਿਆ, ਮੈਂ ਵੀ ਇੱਕ ਇਲੈਕਟਡ ਪ੍ਰੈਜ਼ੀਡੈਂਟ ਦੇ ਨਾਤੇ ਸੀ। ਬਿਲਕੁਲ। ਜਦੋਂ ਹੁਣ ਇਸ ਵਾਰ ਸਾਡੀ ਜਿਹੜੀ ਉਹ ਚੁਣਾਵੀ ਪ੍ਰਕਿਰਿਆ ਨੀਚੋਂ ਬੂਥ ਲੈਵਲ ਤੋਂ ਉਹ ਪ੍ਰਾਰੰਭ ਨਹੀਂ ਹੋ ਸਕੀ ਕਿਸੇ ਕਾਰਨਾਂ ਵਜੋਂ, ਕਿਉਂਕਿ ਇਲੈਕਸ਼ਨ ਨਜ਼ਦੀਕ ਸੀਗੇ, ਇਸ ਕਰਕੇ ਉਹ ਪ੍ਰਕਿਰਿਆ ਨੂੰ ਘੱਟੋ ਘੱਟ 1.5 ਸਾਲ ਦਾ ਸਮੇਂ ਲੱਗਦਾ। ਉਹ ਪ੍ਰਕਿਰਿਆ ਪ੍ਰਾਰੰਭ ਨਹੀਂ ਹੋਈ, ਕਰੋਨਾ ਪੀਰੀਅਡ ਰਿਹਾ ਇਹਨਾਂ ਚੀਜ਼ਾਂ ਕਰਕੇ ਔਰ ਉਸ ਤੋਂ ਬਾਅਦ ਜੇ ਹੁਣ ਪਾਰਟੀ ਨੇ ਕੋਈ ਨਵਾਂ ਅਧਿਅਕਸ਼ ਲਗਾਉਣਾ ਹੁੰਦਾ ਤਾਂ ਉਹਦਾ ਚੁਣਾਵ ਨਹੀਂ ਹੁੰਦਾ, ਉਹ ਨੋਮੀਨੇਟ ਹੁੰਦਾ। ਹੁਣ ਮਲਹੋਤਰਾ ਜੀ ਨੂੰ ਸਿੱਧਾ ਰਾਸ਼ਟਰੀ ਅਧਿਅਕਸ਼ ਕੋਲ ਪਾਵਰ ਹੈ, ਉਹਨਾਂ ਨੇ ਨੋਮੀਨੇਟ ਕੀਤਾ। ਇੱਕ ਚਿੱਠੀ ਕੱਢੀ ਜਾਂਦੀ ਹੈ ਰਾਸ਼ਟਰੀ ਅਧਿਅਕਸ਼ ਦੇ ਨਾਤੇ, ਰਾਸ਼ਟਰੀ ਅਧਿਅਕਸ਼ ਦੇ ਰੈਫਰੈਂਸ ਦੇ ਨਾਲ, ਔਰ ਨਵੇਂ ਵਿਅਕਤੀ ਨੂੰ, ਜਿਸ ਤਰ੍ਹਾਂ ਪੰਜਾਬ 'ਚ ਹੋਇਆ, ਹੋਰ ਬੜੀਆਂ ਸਟੇਟਾਂ 'ਚ ਹੋਇਆ, ਇਹ ਇਕੱਲਾ ਚੰਡੀਗੜ੍ਹ ਪੰਜਾਬ 'ਚ ਨਹੀਂ ਹੋਇਆ, ਰਾਜਸਥਾਨ 'ਚ ਵੀ ਹੋਇਆ, ਦਿੱਲੀ 'ਚ ਵੀ ਹੋਇਆ, ਬਿਹਾਰ 'ਚ ਵੀ ਹੋਇਆ, ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਹੋਇਆ। ਜਿੱਥੇ ਜਿੱਥੇ ਵੀ ਅਧਿਅਕਸ਼ਾਂ ਦਾ ਕਾਰਿਆਕਾਲ ਪੂਰਾ ਕੀਤਾ ਗਿਆ ਸੀ ਉੱਥੇ ਨਵੇਂ ਬੰਦਿਆਂ ਨੂੰ ਨੋਮੀਨੇਟ ਕਰ ਦਿੱਤਾ ਗਿਆ। ਹੁਣ ਜਦੋਂ ਵੀ ਪਾਰਟੀ ਦੀ ਜਿਹੜੀ ਅੰਦਰੂਨੀ ਲੋਕਤੰਤਰਿਕ ਜਿਹੜੀ ਚੁਣਾਵੀ ਪ੍ਰਕਿਰਿਆ ਹੈਗੀ ਉਹ ਸ਼ੁਰੂ ਹੋਏਗੀ, ਉਹ ਉਸੇ ਤਰੀਕੇ ਨਾਲ ਬੂਥ ਸਮਿਤੀਆਂ ਤੋਂ ਸ਼ੁਰੂ ਹੋਏਗੀ, ਬੂਥ ਸਮਿਤੀਆਂ, ਮੰਡਲ ਦੀਆਂ ਸਮਿਤੀਆਂ, ਜ਼ਿਲ੍ਹੇ ਦੀਆਂ ਜ਼ਿਲ੍ਹੇ ਦੀਆਂ ਸਮਿਤੀਆਂ, ਫਿਰ ਉਸ ਤੋਂ ਬਾਅਦ ਪ੍ਰਦੇਸ਼ ਔਰ ਫਿਰ ਉਸ ਤੋਂ ਬਾਅਦ ਰਾਸ਼ਟਰੀ। ਉਸ ਵਕਤ ਮਲਹੋਤਰਾ ਜੀ ਨੂੰ ਜਿਹੜਾ ਹੈ ਪ੍ਰਕਿਰਿਆ ਤੋਂ ਬਾਅਦ ਜਿਹੜਾ ਹੈ ਉਹ ਦੁਬਾਰਾ ਚੁਣਿਆ ਜਾਂਦਾ ਜਾਂ ਕਿਸੇ ਹੋਰ ਵਿਅਕਤੀ ਨੂੰ ਚੁਣਿਆ ਜਾਂਦਾ। ਉਸ ਵਕਤ ਉਹ ਇਲੈਕਟਡ ਜਿਹੜਾ ਹੈ ਪਾਰਟੀ ਦਾ ਜਿਹੜਾ ਹੈ ਕਾਰਿਆਕਰਤਾ, ਉਹ ਅਧਿਅਕਸ਼ ਦਾ ਇੱਕ ਇਲੈਕਟਡ ਚੁਣਿਆ ਹੋਇਆ ਨੁਮਾਇੰਦੇ ਦੇ ਨਾਂ 'ਤੇ ਆਏਗਾ। ਹੁਣ ਜਿਹੜੀ ਪ੍ਰਕਿਰਿਆ ਉਹ ਚਿੱਠੀ ਦੇ ਕੇ ਨੋਮੀਨੇਟ ਹੀ ਹੁੰਦਾ। ਮੈਂ ਆਪਾਂ ਇਹ ਕਹਿ ਦਈਏ ਵੀ ਲੋਕ ਸਭਾ ਜਿਹੜੀ ਇਹ ਪ੍ਰਕਿਰਿਆ, ਕਿਉਂਕਿ ਲੰਬੀ ਹੈਗੀ ਹੈ, ਹੁਣ ਇਹ ਪ੍ਰਕਿਰਿਆ ਇਮੀਡੀਏਟ ਤਾਂ ਹੋ ਨਹੀਂ ਸਕਦੀ, ਇਸਦਾ ਮਤਲਬ ਲੋਕ ਸਭਾ ਚੁਣਾਵ ਤੋਂ ਬਾਅਦ ਹੀ ਇਹ ਜਿਹੜੀ ਪ੍ਰਕਿਰਿਆ ਹੁਣ ਸੰਭਵ ਹੋ ਪਾਏਗੀ? ਔਰ ਮੈਨੂੰ ਲੱਗਦਾ ਕਿ ਆਪਣਾ ਕੀ ਕਹਿੰਦੇ ਉਹਨੂੰ, ਕਿਉਂਕਿ ਬਹੁਤ ਸਮਾਂ ਥੋੜ੍ਹਾ ਹੈ ਔਰ ਪਾਰਟੀ ਕੌਨਸਨਟ੍ਰੇਟ ਕਰ ਰਹੀ ਹੈ ਲੋਕ ਸਭਾ ਦੇ ਉੱਤੇ, 2024 ਦਾ ਇਲੈਕਸ਼ਨ ਬੜਾ ਇੰਪੋਰਟੈਂਟ ਇਲੈਕਸ਼ਨ ਹੈ, ਇਸ ਕਰਕੇ ਮੈਨੂੰ ਤਾਂ ਇਹੀ ਲੱਗਦਾ ਕਿ ਸ਼ਾਇਦ ਹੁਣ ਇਹ ਸੰਭਵ ਨਹੀਂ ਹੈ, ਇਹ ਪ੍ਰਕਿਰਿਆ ਜਿਹੜੀ ਹੈ ਆਫਟਰ ਲੋਕ ਸਭਾ ਇਲੈਕਸ਼ਨ ਹੀ ਪ੍ਰਾਰੰਭ ਹੋ ਪਾਏਗੀ। ਸੋ ਸਾਹਿਬ, ਇਸ 'ਚ ਕਿੰਨਾ ਕੁ ਦਮ ਹੈ ਇਸ ਚਰਚਾ ਵਿੱਚ ਕਿ ਜਿਹੜੀ ਚੰਡੀਗੜ੍ਹ ਬੀਜੇਪੀ ਹੈ ਗੁੱਟਬਾਜ਼ੀ 'ਚ ਉਲਝੀ ਹੋਈ ਆ ਔਰ ਗੁੱਟਬਾਜ਼ੀ ਦੇ ਚੱਲਦੇ ਹੀ ਅਰੁਣ ਸੂਦ ਜੀ ਨੂੰ ਹਟਾਇਆ ਗਿਆ ਔਰ ਜਤਿੰਦਰ ਪਾਲ ਮਲਹੋਤਰਾ ਜੀ ਨੂੰ ਨੋਮੀਨੇਟ ਕੀਤਾ ਗਿਆ ਪ੍ਰਧਾਨ ਦੇ ਪਦ 'ਤੇ? ਐਸਾ ਕੁਛ ਨਹੀਂ ਹੈ ਜੀ, ਇੱਕ ਪਰਿਵਾਰ ਹੁੰਦਾ, ਪਰਿਵਾਰ ਦੇ ਵਿੱਚ ਮਤਭੇਦ ਹੁੰਦੇ ਆ, ਹੋ ਸਕਦਾ ਕੁਛ ਲੋਕ ਇਹਨੂੰ ਗੁੱਟਬਾਜ਼ੀ ਦਾ ਨਾਮ ਦਿੰਦੇ ਹੋਣ, ਪਰ ਮਨਭੇਦ ਨਹੀਂ ਹੈ, ਸਾਰੇ ਇੱਕੋ ਇੱਕ ਮਕਸਦ ਦੇ ਨਾਲ ਕਿ ਭਾਰਤੀ ਜਨਤਾ ਪਾਰਟੀ ਦਾ ਪ੍ਰਤੇਕ ਕਾਰਿਆਕਰਤਾ ਜਿਹੜਾ ਹੈ ਉਹ ਦੇਸ਼ ਅਤੇ ਸਮਾਜ ਦੀ ਸੇਵਾ ਲਈ
ਹਿੰਦੁਸਤਾਨ ਦੀ ਤਰੱਕੀ ਦੇ ਲਈ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਮਜ਼ਬੂਤ ਕਰਨ ਲਈ ਕੰਮ ਕਰਦਾ ਹੈ। ਕਿਸੇ ਪ੍ਰਕਾਰ ਦੀ ਹੁਣ ਜਤਿੰਦਰਪਾਲ ਮਲਹੋਤਰਾ ਜੀ ਅਧਿਆਕਸ਼ ਬਣੇ ਤੁਰੰਤ, ਮੈਂ ਉਹਨਾਂ ਨੂੰ ਤੁਸੀਂ ਸੋਸ਼ਲ ਮੀਡੀਆ 'ਤੇ ਮੇਰੇ ਦੇਖਿਆ, ਮੈਂ ਵਧਾਈ ਦਿੱਤੀ, ਸਾਰੇ ਕਾਰਿਆਕਰਤਾ ਵਧਾਈ ਦਿੱਤੀ। ਜਤਿੰਦਰਪਾਲ ਮਲਹੋਤਰਾ ਜੀ ਇੱਕ ਮੈਨੂੰ ਪੂਰਵ ਅਧਿਆਕਸ਼ ਹੋਣ ਦੇ ਨਾਤੇ ਮੇਰੇ ਘਰ ਆਏ, ਮੇਰੇ ਨਾਲ ਖਾਣਾ ਖਾਧਾ, ਅਸੀਂ ਸਾਰੇ ਇਕੱਠੇ ਮਿਲ ਕੇ ਅਸੀਂ ਪ੍ਰੋਗਰਾਮਾਂ 'ਚ ਵੀ ਜਾ ਰਹੇ ਹਾਂ, ਅੱਜ ਗਵਰਨਰ ਸਾਹਿਬ ਨੂੰ ਵੀ ਮਿਲ ਕੇ ਆਏ ਹਾਂ। ਕਿਸੇ ਵੀ ਪ੍ਰਕਾਰ ਦੀ ਕੋਈ ਗੁੱਟਬੰਜੀ ਹੁੰਦੀ ਔਰ ਭਾਰਤੀ ਜਨਤਾ ਜਤਿੰਦਰਪਾਲ ਮਲਹੋਤਰਾ ਜੀ ਵੀ ਭਾਰਤੀ ਜਨਤਾ ਪਾਰਟੀ ਦੇ ਕਾਰਿਆਕਰਤਾ ਨੇ, ਅਰੁਣ ਸੂਦ ਵੀ ਭਾਰਤੀ ਜਨਤਾ ਪਾਰਟੀ ਦੇ ਕਾਰਿਆਕਰਤਾ, ਜੇ ਮੇਰਾ ਉਹਨਾਂ ਨਾਲ ਕੋਈ ਕਿਸੇ ਪ੍ਰਕਾਰ ਦਾ ਮਨਭੇਦ ਹੁੰਦਾ ਤਾਂ ਮੈਂ ਉਹਨਾਂ ਦੀ ਅਗਵਾਈ ਦੇ ਹੇਠ ਸਾਰੀ ਚੀਜ਼ਾਂ ਦੇ ਤਹਿਤ ਨਾ ਕੰਮ ਕਰਦਾ। ਅੱਜ ਵੀ ਮੈਂ ਜਿਵੇਂ ਕਿਹਾ, ਮੇਰੀ ਜਤਿੰਦਰਪਾਲ ਮਲਹੋਤਰਾ ਜੀ ਨੂੰ ਬਹੁਤ ਬਹੁਤ ਜਿਹੜੀ ਹੈ ਸ਼ੁਭਕਾਮਨਾਵਾਂ ਨੇ ਔਰ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਜਿਸ ਮੁਕਾਮ ਤੱਕ ਮੈਂ ਭਾਰਤੀ ਜਨਤਾ ਪਾਰਟੀ ਨੂੰ ਮੈਂ ਲੈ ਕੇ ਗਿਆ, ਮੇਰੇ ਨਾਲ ਮੇਰੀ ਸਾਰੀ ਟੀਮ ਲੈ ਕੇ ਗਈ, ਉਸ ਤੋਂ ਵੀ ਉੱਪਰ ਭਾਰਤੀ ਜਨਤਾ ਪਾਰਟੀ ਨੂੰ ਜਤਿੰਦਰਪਾਲ ਮਲਹੋਤਰਾ ਜੀ ਦੀ ਅਗਵਾਈ ਦੇ ਵਿੱਚ ਅਸੀਂ ਸਾਰੇ ਮਿਲ ਕੇ ਲੈ ਕੇ ਜਾਵਾਂਗੇ ਔਰ 2024 ਦਾ ਜਿਹੜਾ ਚੁਣਾਵ ਹੈ ਲੋਕ ਸਭਾ ਦਾ ਚੰਡੀਗੜ੍ਹ ਦੇ ਵਿੱਚ ਹੋਰ ਵੱਡੇ ਬਹੁਮਤ ਨਾਲ ਅਸੀਂ ਜਿੱਤ ਹਾਸਿਲ ਕਰਾਂਗੇ। ਇਸ ਗੱਲ 'ਚ ਸੂਦ ਸਾਹਿਬ ਕੀ ਸੱਚਾਈ ਹੈਗੀ ਹੈ ਕਿ ਜਤਿੰਦਰਪਾਲ ਮਲਹੋਤਰਾ ਜੀ ਸੰਜੇ ਟੰਡਨ ਗੁੱਟ ਦੇ ਨੂੰ ਬਿਲੋਂਗ ਕਰਦੇ ਨੇ ਔਰ ਇਹ ਜਿਹੜੀ ਹੈ ਇੱਕ ਟਿਕਟ ਦੀ ਜਿਹੜੀ ਦਾਅਵੇਦਾਰੀ ਹੈ ਉਸ ਨੂੰ ਲੈ ਕੇ ਇਹ ਜਿਹੜੀ ਹੈ ਤਬਦੀਲੀ ਕੀਤੀ ਗਈ ਹੈ, ਕਿਉਂਕਿ ਲੋਕ ਸਭਾ ਚੁਣਾਵ ਦੀ ਟਿਕਟ ਲਈ ਚੰਡੀਗੜ੍ਹ ਵਿੱਚੋਂ ਬਹੁਤ ਬੰਦੇ ਜਿਹੜੇ ਆ ਉਹ ਟਰਾਈ ਕਰ ਰਹੇ ਆ ਔਰ ਜਿਹੜਾ ਅਧਿਆਕਸ਼ ਪਦ ਆ ਜਾਂ ਪ੍ਰੈਜੀਡੈਂਟ ਦਾ ਜਿਹੜਾ ਪਦ ਆ ਉਹ ਬੜਾ ਮਹੱਤਵਪੂਰਨ ਹੈ, ਇਸ ਕਰਕੇ ਜਿਹੜੀ ਇਹ ਤਬਦੀਲੀ ਹੈ ਉਹ ਹੋਈ। ਸਭ ਨਾਲ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ, ਸੰਜੇ ਟੰਡਨ ਜੀ ਦੇ ਨਾਲ ਮੈਂ ਲਗਭਗ ਪਿਛਲੇ 2007 ਤੋਂ ਅਸੀਂ ਇਕੱਠੇ ਇੱਕੋ ਟੀਮ 'ਚ ਕੰਮ ਕਰ ਰਹੇ ਹਾਂ। ਜਦੋਂ ਸੰਜੇ ਜੀ ਜਨਰਲ ਸੈਕਟਰੀ ਸੀ, ਕਮਲਾ ਸ਼ਰਮਾ ਜੀ ਅਧਿਆਕਸ਼ ਸੀ, ਮੈਂ ਉਹਦਾ ਪ੍ਰਦੇਸ਼ ਦਾ ਸਚਿਵ ਸੀ। ਸੰਜੇ ਜੀ ਅਧਿਆਕਸ਼ ਬਣੇ, ਮੈਂ ਪਾਰਟੀ ਦਾ ਮਹਾਂਮੰਤਰੀ ਬਣਿਆ ਸੰਜੇ ਜੀ ਦੇ ਨਾਲ। ਪਾਰਟੀ ਦੇ ਅਧਿਆਕਸ਼ ਤੋਂ ਬਾਅਦ ਪਾਰਟੀ ਦੇ ਮਹਾਂਮੰਤਰੀ ਦੀ ਜ਼ਿੰਮੇਵਾਰੀ ਹੁੰਦੀ ਹੈ। ਉਦੋਂ ਇਹ ਕਿਹਾ ਜਾਂਦਾ ਸੀਗਾ ਕਿ ਅਰੁਣ ਸੂਦ ਜਿਹੜਾ ਹੈ ਮੇਰੇ ਬਾਰੇ ਵੀ, ਜੋ ਜਤਿੰਦਰ ਮਲਹੋਤਰਾ ਬਾਰੇ ਤੁਸੀਂ ਕਹਿ ਰਹੇ ਹੋ, ਮੇਰਾ ਵੀ ਸੰਜੇ ਜੀ ਦੇ ਨਾਲ ਸਾਰਿਆਂ ਦੀ ਐਫੀਲੇਸ਼ਨ ਆ, ਸਾਡੇ ਸੀਨੀਅਰ ਨੇਤਾ ਨੇ, 10 ਸਾਲ ਪਾਰਟੀ ਦੇ ਅਧਿਆਕਸ਼ ਰਹੇ ਨੇ। ਮੈਂ ਮੇਅਰ ਬਣਿਆ ਉਦੋਂ ਵੀ ਸੰਜੇ ਟੰਡਨ ਜੀ ਪ੍ਰਧਾਨ ਸੀਗੇ, ਇਸ ਕਰਕੇ ਜਦੋਂ ਮੈਂ ਪ੍ਰਧਾਨ ਬਣਿਆ ਉਦੋਂ ਵੀ ਸੰਜੇ ਟੰਡਨ ਜੀ ਪ੍ਰਧਾਨ ਸੀ, ਮੈਂ ਉਹਨਾਂ ਤੋਂ ਹੀ ਚਾਰਜ ਲਿੱਤਾ ਸੀ। ਅੱਜ ਵੀ ਅੱਜ ਦੇ ਡੈਲੀਗੇਸ਼ਨ ਦੇ ਵਿੱਚ ਵੀ ਸੰਜੇ ਟੰਡਨ ਜੀ ਵੀ ਸਾਡੇ ਨਾਲ ਗਏ ਸੀ, ਪਾਰਟੀ ਦੇ ਸਾਰੇ ਲੋਕ ਨਾਲ। ਦੂਸਰੀ ਗੱਲ ਤੁਹਾਡੀ, ਤੁਸੀਂ ਕਿਹਾ ਕਿ ਅਧਿਆਕਸ਼ ਬਦਲਿਆ ਗਿਆ ਲੋਕ ਸਭਾ ਦੇ ਕਰਕੇ, ਕਿ ਬਹੁਤ ਸਾਰੇ ਲੋਕ ਦਾਅਵੇਦਾਰ ਨੇ, ਮੇਰਾ ਵੀ ਨਾਮ ਲਿੱਤਾ ਜਾਂਦਾ, ਸੰਜੇ ਜੀ ਦਾ ਵੀ ਲਿੱਤਾ ਜਾਂਦਾ, ਹੋਰ ਕਈਆਂ ਲੋਕਾਂ ਦਾ ਵੀ ਨਾਮ ਲਿੱਤਾ ਜਾਂਦਾ। ਮੈਂ ਇੱਕ ਤੁਹਾਡੀ ਜਾਣਕਾਰੀ ਲਈ ਦੱਸ ਦਵਾਂ, ਸਾਡੀ ਇਹ ਜਿਹੜੀ ਲੋਕਤੰਤਰ ਦੇ ਵਿੱਚ ਲੋਕ ਸਭਾ ਦੇ ਉਮੀਦਵਾਰ ਦਾ ਜਿਹੜਾ ਚੇਅਰ ਹੁੰਦਾ ਉਹ ਪ੍ਰਦੇਸ਼ ਸਤਰ 'ਤੇ ਨਹੀਂ ਹੁੰਦਾ, ਉਹ ਇੱਥੋਂ ਕਿਤੋਂ ਵੀ ਕੋਈ ਡਿਸੀਜ਼ਨ ਜਿਹੜਾ ਪ੍ਰਦੇਸ਼ ਦੀ ਚੁਣਾਵ ਸਮਿਤੀ ਨਹੀਂ ਲੈਂਦੀ। ਜਿਹੜੇ ਵੀ ਲੋਕ ਅਪਲਾਈ ਕਰਨਾ ਚਾਹੁੰਦੇ ਨੇ ਉਹਨਾਂ ਦੇ ਨਾਮ ਦਿੱਲੀ ਜਾਂਦੇ ਆ, ਦਿੱਲੀ ਦਾ ਜਿਹੜਾ ਪਾਰਲੀਮੈਂਟਰੀ ਬੋਰਡ ਹੈ, ਇਲੈਕਸ਼ਨ ਕਮੇਟੀ ਹੈ, ਉਹ ਡਿਸੀਜ਼ਨ ਕਰਦੀ ਹੈ, ਔਰ ਉਸ ਨਾਮ ਤੋਂ ਵੀ ਕਰ ਸਕਦੀ ਹੈ ਜਿਹੜਾ ਇੱਥੇ ਕਦੇ ਦਾਅਵੇਦਾਰ ਵੀ ਨਹੀਂ ਜਾਂ ਜਿਹਨੇ ਕਦੇ ਅਪਲਾਈ ਵੀ ਨਹੀਂ ਕੀਤਾ। ਪਿਛਲੀ ਵਾਰ ਦਾ 2014 ਔਰ 2019 ਦਾ ਐਗਜ਼ਾਮਪਲ ਹੈ, 2014 'ਚ ਕਿਰਨ ਖੇਰ ਜੀ ਪ੍ਰਾਇਮਰੀ ਮੈਂਬਰ ਵੀ ਸ਼ਾਇਦ ਨਹੀਂ ਸੀਗੇ ਔਰ ਉਹਨਾਂ ਨੇ ਕਦੇ ਕੋਈ ਇਸ ਪ੍ਰਕਾਰ ਦਾ ਦਾਅਵਾ ਵੀ ਨਹੀਂ ਕੀਤਾ ਸੀਗਾ। ਪਾਰਟੀ ਨੇ ਨਿਰਣਾ ਲਿੱਤਾ, ਉਹਨਾਂ ਨੂੰ ਜਿਹੜਾ ਹੈਗਾ ਉਹ ਐਮ ਪੀ ਦਾ ਉਮੀਦਵਾਰ ਉਤਾਰਿਆ। ਇਹ ਭਾਰਤੀ ਜਨਤਾ ਪਾਰਟੀ ਦੀ ਹਾਈਕਮਾਨ ਹੈ, ਇਸ ਕਰਕੇ ਇੱਥੇ ਮੈਂ ਸਮਝਦਾ ਜੇ ਕੋਈ ਲੜਾਈ ਝਗੜੇ ਦੀ ਗੱਲ ਕੋਈ ਕਰਦਾ ਕਿ ਕੋਈ ਗੁੱਟ ਬਣਾ ਕੇ ਉਹਨੂੰ ਐਮ ਪੀ ਦਾ ਟਿਕਟ ਮਿਲ ਜਾਏਗਾ ਤਾਂ ਸ਼ਾਇਦ ਇਹ ਭਾਰਤੀ ਜਨਤਾ ਪਾਰਟੀ 'ਚ ਸੰਭਵ ਨਹੀਂ ਹੈ, ਹੋਰ ਕਿਸੇ ਪਾਰਟੀ 'ਚ ਹੋ ਸਕਦਾ, ਲੇਕਿਨ ਇਹ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹਦਾ ਇਹ ਜਿਹੜੀ ਉਹਦੀ ਸਰਵਉੱਚ ਲੀਡਰਸ਼ਿਪ ਹੈ ਇਹ ਉਹਦਾ ਡਿਸੀਜ਼ਨ ਹੁੰਦਾ। ਇਸ ਕਰਕੇ ਮੈਂ ਸਮਝਦਾ ਕਿ ਕੋਈ ਕਹੇ ਕਿ ਮੈਨੂੰ ਇਸ ਕਰਕੇ ਬਦਲ ਦਿੱਤਾ ਕਿ ਸ਼ਾਇਦ ਜਿਹੜਾ ਹੈਗਾ ਕਿਸੇ ਨੂੰ ਕੋਈ ਲਾਭ ਹੋਣ ਵਾਲਾ ਤਾਂ ਇਹ ਸ਼ਾਇਦ ਗਲਤ ਫਹਿਮੀ ਹੋਏਗੀ। ਸੋ ਸਾਹਿਬ ਜਿੱਦਾਂ ਤੁਸੀਂ ਕਿਹਾ ਵੀ ਠੀਕ ਹੈ ਵੀ ਜਿਹੜੀ ਉੱਚ ਸਤਰੀ ਕਮੇਟੀ ਹੈਗੀ ਆ ਉਹ ਪਾਰਲੀਮੈਂਟਰੀ ਬੋਰਡ ਉਹ ਡਿਸੀਜ਼ਨ ਲੈਂਦਾ, ਪਰ ਫਿਰ ਵੀ ਜਿਹੜਾ ਅਧਿਆਕਸ਼ ਹੁੰਦਾ ਜਾਂ ਪ੍ਰੈਜੀਡੈਂਟ ਹੁੰਦਾ ਉਸਦਾ ਮੇਜਰ ਰੋਲ ਰਹਿੰਦਾ, ਉਸਦੀ ਰਾਏ ਜ਼ਰੂਰ ਇਸ ਮਾਮਲੇ 'ਚ ਲਿੱਤੀ ਜਾਂਦੀ ਹੈ ਵੀ ਇਹ ਚਿਹਰੇ ਹੈਗੇ ਆ, ਤੁਸੀਂ ਤੁਹਾਡੀ ਪਰਸਨਲੀ ਰਾਏ ਇਸ ਮਾਮਲੇ 'ਚ ਜਾਂ ਨੀਚੇ ਜਿਹੜੀ ਟੀਮ ਹੈਗੀ ਹੈ ਪ੍ਰਦੇਸ਼ ਸਤਰੀ ਜਿਹੜੀ ਟੀਮ ਹੈਗੀ ਆ ਉਸਦੀ ਰਾਏ ਕੀ ਹੈ, ਰਾਏ ਜ਼ਰੂਰ ਲਿੱਤੀ ਜਾਂਦੀ ਹੈ, ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹਨਾਂ ਦਾ ਰੋਲ ਉਸ 'ਚ ਜ਼ੀਰੋ ਰਹਿ ਜਾਂਦਾ ਜਾਂ ਕੁਛ ਵੀ ਨਹੀਂ ਹੁੰਦਾ। ਮੈਂ ਤੁਹਾਨੂੰ ਰੋਲ ਬਿਲਕੁਲ ਸਪਸ਼ਟ ਕਰ ਦਿੰਦਾ, ਤੁਸੀਂ ਮੈਨੂੰ ਕਈ ਵਾਰੀ ਕੁਐਸਚਨ ਪੁੱਛ ਚੁੱਕੇ ਹੋ ਵੀ ਤੁਹਾਡਾ ਵੀ ਨਾਮ ਚਰਚਾ 'ਚ ਹੈ, ਉਹ ਹੈ, ਹੋਰ ਅਖਬਾਰਾਂ 'ਚ ਵੀ ਮੈਂ ਕਈ ਵਾਰੀ ਪੜ੍ਹਦਾ। ਮੈਂ ਇੱਕ ਪਾਰਟੀ ਦਾ ਕਾਰਿਆਕਰਤਾ, ਪਾਰਟੀ ਨੇ ਮੇਰੇ ਬਾਰੇ ਜੋ ਵੀ ਜਦੋਂ ਵੀ ਨਿਰਣੇ ਲਿੱਤਾ ਉਹਨੂੰ ਮੈਂ ਸਿਰ ਮੱਥੇ ਨਵਾਇਆ ਔਰ ਤੁਹਾਨੂੰ ਮੈਂ ਦੱਸਦਾ ਸਾਡੀ ਪਾਰਟੀ ਦੀ ਕਿੱਡਾ ਵੱਡਾ ਲੋਕਤਾਂਤਰਿਕ ਪਾਰਟੀ ਹੈ। ਜੇ ਮੈਂ ਪਾਰਟੀ ਦਾ ਅਧਿਆਕਸ਼ ਰਹਿੰਦਾ ਹੁੰਦੇ ਮੈਂ ਪਾਰਲੀਮੈਂਟਰੀ ਬੋਰਡ ਦੇ ਵਿੱਚ
ਐਜ਼ ਏ ਉਮੀਦਵਾਰ ਮੈਂ ਹੋਊਂਗਾ ਤਾਂ ਮੈਨੂੰ ਪਾਰਲੀਮੈਂਟਰੀ ਬੋਰਡ 'ਚ ਨਹੀਂ ਬਿਠਾਇਆ ਜਾਏਗਾ ਜੀ। ਮਤਲਬ ਇਹ ਨਹੀਂ ਕਿ ਜਦੋਂ ਮੇਰੇ ਨਾਮ ਦੀ ਚਰਚਾ ਹੋਏਗੀ ਕਿਸੇ ਦੇ ਨਾਮ ਦੀ ਚਰਚਾ ਹੋਏਗੀ, ਜੇ ਅਗਰ ਮੈਂ ਵੀ ਉਮੀਦਵਾਰ ਹੈ ਤਾਂ ਮੈਂ ਉਸ ਪਾਰਲੀਮੈਂਟਰੀ ਬੋਰਡ, ਇਸ ਕਰਕੇ ਮੈਂ ਅਧਿਅਕਸ਼ ਹੋਵਾਂ ਨਾ ਹੋਵਾਂ, ਜੇ ਮੈਂ ਹੁੰਦਾ ਵੀ ਤਦ ਵੀ ਉੱਥੇ ਬੈਠ ਕੇ ਮੈਂ ਆਪਣੇ ਬਾਰੇ 'ਚ ਕੁਛ ਨਹੀਂ ਕਹਿ ਸਕਦਾ ਕਿਸੇ ਹੋਰ ਬਾਰੇ। ਹੁਣ ਜਤਿੰਦਰ ਮਲਹੋਤਰਾ ਜੀ ਅਧਿਅਕਸ਼ ਨੇ, ਜੇ ਉਹ ਕਿਤੇ ਨੇ ਉਮੀਦਵਾਰ ਦੇ ਦਾਅਵੇਦਾਰੀ ਕਰਦੇ ਆ ਤਾਂ ਉਹ ਪਾਰਲੀਮੈਂਟਰੀ ਬੋਰਡ ਦੇ ਵਿੱਚ ਉਹਨਾਂ ਨੂੰ ਨਹੀਂ ਬਿਠਾਇਆ ਜਾਏਗਾ। ਪਿਛਲੀ ਵਾਰੀ ਵੀ 2014-19 ਦੇ ਵਿੱਚ ਵੀ ਸੰਜੇ ਟੰਡਨ ਜੀ ਅਧਿਅਕਸ਼ ਸੀਗੇ, ਸੰਜੇ ਟੰਡਨ ਜੀ ਉਮੀਦਵਾਰ ਸੀਗੇ, ਲੇਕਿਨ ਜਦੋਂ ਪਾਰਲੀਮੈਂਟਰੀ ਬੋਰਡ ਦੀ ਦਿੱਲੀ ਦੇ ਵਿੱਚ ਮੀਟਿੰਗ ਹੋਈ, ਚੰਡੀਗੜ੍ਹ ਦੇ ਨਾਮ ਦੀ ਚਰਚਾ ਹੋਈ, ਤਾਂ ਸੰਜੇ ਜੀ ਪਾਰਲੀਮੈਂਟਰੀ ਬੋਰਡ ਦੇ ਵਿੱਚ ਉਹਨਾਂ ਨੂੰ ਇਨਵਾਈਟ ਨਹੀਂ ਕੀਤਾ ਗਿਆ ਸੀ। ਇਹ ਪਾਰਟੀ ਦੀ ਲੋਕਤੰਤਰ ਹੈ ਕਿ ਜੇ ਤੁਸੀਂ ਉਮੀਦਵਾਰ ਹੋ ਤਾਂ ਤੁਸੀਂ ਡਿਸੀਜ਼ਨ ਪ੍ਰਕਿਰਿਆ 'ਚ ਨਹੀਂ ਹੋ, ਇਸ ਕਰਕੇ ਤੁਹਾਡੇ ਪ੍ਰਸ਼ਨ ਦਾ ਜਿਹੜਾ ਹੈ ਉਹ ਜਵਾਬ ਪਾਰਟੀ ਨੇ ਪਹਿਲਾਂ ਹੀ, ਜਿਹੜਾ ਪਾਰਟੀ ਦੀ ਜਿਹੜੀ ਜਿਹੜੇ ਪ੍ਰੈਜ਼ੀਡੈਂਟਸ ਨੇ ਔਰ ਪਾਰਟੀ ਦੀ ਜੋ ਕਾਰਿਆ ਪੱਧਤੀ ਹੈ ਉਹਦੇ ਕਰਕੇ ਇਹਦਾ ਸਮਾਧਾਨ ਪਹਿਲਾਂ ਹੀ ਕਰ ਦਿੱਤਾ ਕਿ ਤੁਸੀਂ ਅਧਿਅਕਸ਼ ਬਣ ਕੇ ਕੋਈ ਫਾਇਦਾ ਨਹੀਂ ਲੈ ਸਕਦੇ। ਪਰ ਮੇਰੀ ਉਸ ਗੱਲ ਨੂੰ ਜ਼ਰੂਰ ਬਲ ਮਿਲਦਾ ਵੀ ਸੰਜੇ ਟੰਡਨ ਜੀ ਨੇ ਸ਼ਾਇਦ ਪ੍ਰੈਜ਼ੀਡੈਂਟ ਆਪਣਾ ਇਸ ਕਰਕੇ ਨੋਮੀਨੇਟ ਕਰ ਲਿਆ ਤਾਂ ਕਿ ਉਹ ਉੱਥੇ ਜਾ ਕੇ ਉਹਨਾਂ ਦੀ ਫੇਵਰ 'ਚ ਗੱਲ ਕਰ ਸਕਣ, ਕਿਉਂਕਿ ਮੈਨੂੰ ਨਹੀਂ ਲੱਗਦਾ ਜਤਿੰਦਰਪਾਲ ਮਲਹੋਤਰਾ ਜੀ ਹਾਲੇ MP ਦੇ ਇਲੈਕਸ਼ਨ ਲੜਨ ਦੀ ਉਮੀਦਵਾਰੀ 'ਚ ਹੈਗੇ ਨੇ ਜਾਂ ਨਹੀਂ। ਅੱਛਾ, ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਸੀਗਾ, ਸੁਖ ਸਾਹਿਬ ਮੈਨੂੰ ਇਹ ਵੀ ਪਤਾ ਚੱਲਿਆ ਤੁਹਾਡੀ ਤਬਦੀਲੀ ਦਾ ਇੱਕ ਹੋਰ ਜਿਹੜਾ ਕਾਰਨ ਹੈ, ਤੁਸੀਂ ਹੁਣੇ ਕੁਛ ਸਿਫਾਰਸ਼ਾਂ ਕੀਤੀਆਂ ਸੀਗੀਆਂ, ਉਹ ਸਿਫਾਰਸ਼ਾਂ ਵਿੱਚ ਤੁਸੀਂ ਕੁਛ ਬੰਦੇ ਜਾਂ ਕੁਛ ਪਦਾਧਿਕਾਰੀ ਬਦਲਣ ਦੀ ਜਿਹੜੀ ਮਤਲਬ ਕਿ ਉੱਪਰ ਤੁਸੀਂ ਗੱਲਬਾਤ ਕੀਤੀ ਸੀ, ਚਰਚਾ ਕੀਤੀ ਸੀਗੀ ਵੀ ਇਹ ਜਿਹੜੇ ਤੁਹਾਡੀ ਟੀਮ ਦੇ ਜਿਹੜੇ ਇਹ ਵਿਅਕਤੀ ਹੈਗੇ ਆ ਇਹਨਾਂ ਨੂੰ ਬਦਲਿਆ ਜਾਏ, ਅਤੇ ਕਿਹਾ ਇਹ ਜਾ ਰਿਹਾ ਵੀ ਉਹਨਾਂ ਨੇ ਵੀ ਸੂਦ ਸਾਹਿਬ ਨੂੰ ਬਦਲਣ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ, ਕਿਉਂਕਿ ਪਾਰਟੀ ਵਿੱਚ ਜਿਹੜੀ ਤੁਹਾਡੀ ਟੀਮ ਸੀਗੀ ਉਸ ਵਿੱਚ ਆਪਸੀ ਮਨ ਮੁਟਾਵ ਜਿਹੜਾ ਉਹ ਕਾਫੀ ਵੱਧ ਗਿਆ ਸੀ। ਐਸਾ ਕੁਛ ਵੀ ਨਹੀਂ ਹੈ ਜੀ, ਮੈਂ ਇੱਕ ਵੀ ਕੋਈ ਵੀ ਕਿਸੇ ਰਿਕਮੈਂਡੇਸ਼ਨ ਬਿਲਕੁਲ ਨਹੀਂ ਕੋਈ ਦਿੱਲੀ ਦੇ ਵਿੱਚ ਭੇਜੀ ਕਿ ਇਸ ਬੰਦੇ ਦੀ ਜਗ੍ਹਾ ਇਸ ਬੰਦੇ ਨੂੰ ਬਣਾ ਦਿੱਤਾ ਜਾਵੇ ਜਾਂ ਕੁਛ ਹੋਰ ਕਰ ਦਿੱਤਾ ਜਾਵੇ, ਕਿਸੇ ਪ੍ਰਕਾਰ ਦੀ ਕੋਈ ਰਿਕਮੈਂਡੇਸ਼ਨ ਨਹੀਂ। ਇਹ ਜ਼ਰੂਰ ਹੁੰਦਾ ਕਿ ਪਾਰਟੀ 'ਚ 3 ਸਾਲ ਦੀ ਪ੍ਰਕਿਰਿਆ ਤੋਂ ਬਾਅਦ ਜਦੋਂ ਮੰਨ ਲਓ ਪਾਰਟੀ ਮੈਨੂੰ ਕੰਟੀਨਿਊ ਕਰਦੀ ਹੈ ਤਾਂ ਨੈਚੁਰਲੀ ਨੀਚੇ ਤੀਕਰ ਕੁਛ ਬਦਲਾਵ ਹੁੰਦੇ ਆ, ਪਰ ਉਸਦੀ ਕੋਈ ਪ੍ਰਕਿਰਿਆ ਨਹੀਂ ਸ਼ੁਰੂ ਹੋਈ, ਕੋਈ ਕਿਸੇ ਪ੍ਰਕਾਰ ਦੇ ਕੋਈ ਨਾਮ ਨਹੀਂ ਭੇਜੇਗੀ, ਔਰ ਇਹ ਸਿਰਫ ਅਟਕਲਾਂ ਨੇ, ਕੁਛ ਵੀ ਕੀਤਾ ਜਾ ਸਕਦਾ। ਕੁਛ ਲੋਕ ਆਪਣੇ ਆਪ ਹੀ ਮਨਗੜੰਤ ਕਹਾਣੀਆਂ ਬਣਾਉਂਦੇ ਨੇ, ਇਸ ਕਰਕੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਚਲੋ, ਥੈਂਕ ਯੂ ਸਰ। ਥੈਂਕ ਯੂ ਜੀ, ਥੈਂਕ ਯੂ। ਇਹ ਸੀਗੇ ਅਰੁਣ ਸੂਦ ਜੀ। ਅਰੁਣ ਸੂਦ ਜੀ ਚੰਡੀਗੜ੍ਹ BJP ਦੇ ਜਿਹੜੇ ਸਾਬਕਾ ਅਧਿਅਕਸ਼ ਨੇ, ਔਰ ਹੁਣ ਜਿਹੜੇ ਨਵੇਂ ਅਧਿਅਕਸ਼ ਬਣਾਏ ਨੇ ਉਹ ਜਤਿੰਦਰਪਾਲ ਮਲਹੋਤਰਾ ਜੀ ਬਣਾਏ ਨੇ। ਜਿਹੜੇ ਜਤਿੰਦਰਪਾਲ ਮਲਹੋਤਰਾ ਜੀ ਆ ਉਹ ਨੋਮੀਨੇਟਿਡ ਆ, ਇਲੈਕਟਿਡ ਨਹੀਂ ਆ। ਸੂਦ ਸਾਹਿਬ ਦਾ ਕਹਿਣਾ ਹੈ ਵੀ ਸਿਰਫ ਚੰਡੀਗੜ੍ਹ ਵਿੱਚ ਨਹੀਂ ਬਲਕਿ ਹੋਰ ਵੀ ਕਈ ਪ੍ਰਦੇਸ਼ਾਂ ਵਿੱਚ ਇਸੇ ਤਰ੍ਹਾਂ ਜਿਹੜੇ ਅਧਿਅਕਸ਼ ਆ ਬਦਲੇ ਗਏ ਨੇ, ਨੋਮੀਨੇਟ ਕੀਤੇ ਗਏ ਨੇ, ਕਿਉਂਕਿ ਲੋਕ ਸਭਾ ਚੁਣਾਵ ਸਿਰਤੇ ਨੇ ਔਰ ਲੋਕ ਸਭਾ ਚੁਣਾਵ ਤੋਂ ਬਾਅਦ ਹੋ ਸਕਦਾ ਹੈ ਜਿਹੜਾ ਇਲੈਕਸ਼ਨ ਦੀ ਪ੍ਰਕਿਰਿਆ ਪਾਰਟੀ ਦੇ ਵਿੱਚ ਉਹਨੂੰ ਅਮਲ ਵਿੱਚ ਲਿਆਂਦਾ ਜਾਵੇ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਸੁਮਿਤ ਦੇ ਨਾਲ, ਦੈਨਿਕ ਸਵੇਰਾ TV ਲਈ ਚੰਡੀਗੜ੍ਹ ਤੋਂ।